ਆਪਣੇ ਘਰ 'ਚ ਬੈਠਾ ਟੈਲੀਫੋਨ ਦੀ ਬੈਲ ਲੇਟਰ ਆਪਣੀ ਬੀਵੀ ਨੇ ਕਹਿੰਦਾ ਮੇਰਾ ਕੋਈ ਬੱਚੇ ਵਾਲੀ ਘਰ ਨੀਗਾ ਇਹਦੀ ਬੀਵੀ ਨੇ ਫੋਨ 'ਚ ਕਿਹਾ ਹੈਲੋ ਕਹਿੰਦੀ ਹਾਲੀ ਘਰ ਹੀ ਹੈ ਉਹਨੂੰ ਕਹਿੰਦਾ ਤੈਨੂੰ ਕਿਹਾ ਸੀ ਨਹੀਂ ਦੱਸਣਾ ਉਹ ਕਹਿੰਦੀ ਮੇਰਾ ਫੋਨ ਸੀ ਛਿੱਟਾ ਨਾ ਪਾ ਪਰਸੀਨਾ ਬਹੁਤ ਆਇਆ ਸ਼ਰਾਰਤੀ ਸ਼ਰਾਰਤੀ ਦਾਦੀ ਮੇਰੀ ਆ ਗਈ ਸ਼ਰਾਰਤੀ ਸ਼ਰਾਰਤੀ ਵੱਡਾ ਹੋ ਗਿਆ ਹੁਣ ਛਿੱਟਾ ਹੋ ਗਈ ਆ ਇੰਗਲੈਂਡ ਗਿਆ 3 ਸਾਲ ਬਾਅਦ ਵਾਪਸ ਆਇਆ ਅੱਛਾ ਘਰ ਹੈ ਤਾਂ ਕੋਈ ਬੀਵੀ ਇਹਦੀ ਨੇ ਕਿਹਾ ਤੁਹਾਡੇ ਘਰ ਪੁੱਤਰ ਹੋਇਆ ਕਹਿੰਦਾ ਮੈਂ ਬਾਹਰ ਸਾਂ ਤੇ ਪੁੱਤਰ ਪਿੱਛੋਂ ਕਿਵੇਂ ਕਹਿੰਦੀ ਤੁਹਾਡੀ ਫੋਟੋ ਤੇ ਆਇਆ ਸੀ ਨਾ ਤੇ ਅੱਗੋਂ ਆਪਣੀ ਬੀਵੀ ਨੇ ਕਹਿੰਦਾ ਮੈਂ ਐਡਾ ਵੀ ਪਾਗਲ ਨਹੀਂ ਫੋਟੋ ਤੇ ਇੰਨੀ ਇੰਨੀ ਸੀ ਮਾਮਾ ਜੀ ਮਾਮਾ ਜੀ ਮਾਮਾ ਜੀ ਖਤਮ ਦੀ ਦਰੀ ਇਕੱਠੀ ਹੋਣ ਡਈ ਨੇਹਾ ਕਹਿਣਾ ਨਹੀਂ ਅੱਛਾ ਇਹਦਾ ਗੌਰ ਨਾ ਮੂੰਹ ਵੇਖੋ 30 ਰੁਪਏ ਦਾ ਪੀਜ਼ਾ ਲੱਗਦਾ ਏਡਾ ਇਹਦਾ ਗੌਰ ਨਾ ਮੂੰਹ ਵੇਖੋ ਆਪਣਾ ਉਹ ਤਵੇ ਤੇ ਨਹੀਂ ਪਏ ਹੁੰਦੇ ਤੁਸੀਂ ਮੇਰੇ ਨਾਲ ਸ਼ਾਦੀ ਕਰੋ ਕਿਉਂ ਕਿਉਂ ਕੀ ਮਤਲਬ ਬੱਚੇ ਪੈਦਾ ਕਰਾਂਗੇ ਲੈ ਤੁਹਾਡਾ ਕੱਦ ਆਪਣਾ ਬੱਚਾ ਚਿੱਟਾ ਉਹ ਕੱਦ ਦਾ ਕੋਈ ਤਲਕ ਨਹੀਂ ਹੁੰਦਾ ਹਾਂ ਬੀਵੀ ਭਾਵੇਂ 14 ਦਿਨ ਜਾਵੇ ਭਾਵੇਂ 28 ਦਾ ਰਿਮੋਟ ਇੱਕੋ ਜਿਹਾ ਹੀ ਹੁੰਦਾ ਹੈ ਰਿਮੋਟ ਦੇ ਆ ਪੁੱਤਰਾ ਇਹ ਗੱਲ ਤੂੰ ਸਾਨੂੰ ਬਾਹਰ ਵੀ ਦੱਸ ਸਕਦਾ ਜੀ ਨਾਈ ਕੋਈ ਸ਼ੇਵ ਕਰਾਉਣ ਗਿਆ ਨਾਈ ਨੂੰ ਕਹਿੰਦਾ ਬਹਿ ਜਾ ਇਹ ਬਹਿ ਗਿਆ ਉਹਨੇ ਪਿਛਲੇ ਦੀ ਕਰ ਦਿੱਤੀ ਫਟਾਫਟ ਬੜੇ ਬਦਤਮੀਜ਼ ਹੁੰਦੇ ਨੇ ਮੁੰਡੇ ਬੜੇ ਹੀ ਬਦਤਮੀਜ਼ ਹੁੰਦੇ ਨੇ ਮੁੰਡੇ ਬਦਤਮੀਜ਼ ਨਹੀਂ ਹੁੰਦੇ ਮੁੰਡੇ ਇੱਜ਼ਤਦਾਰ ਗੈਰਤਮੰਦ ਹੁੰਦੇ ਕੁੜੀਆਂ ਬਦਤਮੀਜ਼ ਹੁੰਦੀਆਂ ਕੁੜੀਆਂ ਸ਼ਰੀਫ ਹੁੰਦੇ ਨੇ ਮੁੰਡੇ ਬਹੁਤ ਬਦਤਮੀਜ਼ ਹੁੰਦੇ ਕੁੜੀਆਂ ਬਦਤਮੀਜ਼ ਹੁੰਦੀਆਂ ਮੁੰਡੇ ਸ਼ਰੀਫ ਹੁੰਦੇ ਨੇ ਸਾਬਿਤ ਕਰੋ 5-6 ਕੁੜੀਆਂ ਖਲੋਤੀਆਂ ਮੁੰਡੇ ਵੇਖਦੇ ਕਹਿੰਦੇ ਸੁਭਾਨ ਅੱਲਾ ਮਾਸ਼ਾਅੱਲਾ ਅੱਲਾ ਨਜ਼ਰੇ ਵੱਧ ਤੋਂ ਬਚਾਏ ਤੇ ਕੁੜੀਆਂ ਵੇਖਦੇ ਕਹਿੰਦੇ ਕੁੱਤਾ ਬਗੈਰ ਤਕਮੀਨਾ ਰਾਮਜ਼ਾਦਾ ਤੈਨੂੰ ਮੇਰਾ ਪਤਾ ਨਹੀਂ ਤੂੰ ਤੂੰ ਲੈ ਰਹੀ ਹੈ ਬਾਬੇ ਨੂੰ ਈਜ਼ੀ ਈਜ਼ੀ ਬਾਬਾ ਪਾਬੰਦੀਆਂ ਦਾ ਸ਼ਿਕਾਰ ਨਾ ਹੋਵੇ ਤੇ ਤੇਰੇ ਛੋਡੇ ਲਾ ਦੇਵੇ